ਪੌੜੀ ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀਆ ਗੁਰਮੁਖ ਸਿਫਤ ਸਲਾਹ ਸੱਚੀ ਪਾਤਸ਼ਾਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀਆ ਵਾਰ 19ਵੀਂ ਪੌੜੀ 19ਵੀਂ ਭਾਈ ਗੁਰਦਾਸ ਜੀ ਗੁਰਮੁਖ ਦਾ ਸਰੂਪ ਦੱਸਦੇ ਹਨ ਕਿ ਗੁਰਮੁਖ ਕਿਸ ਤਰ੍ਹਾਂ ਪਰਮੇਸ਼ਰ ਦੀ ਸਿਫਤੀ ਕਰਦੇ ਤੇ ਉਸ ਦੀ ਸਿਫਤੀ ਦਾ ਰੂਪ ਹੀ ਬਣ ਜਾਂਦੇ ਹਨ ਤੇ ਅੱਗੇ ਗੁਰੂ ਦਾ ਜਿਹੜਾ ਹਨ ਪ੍ਰਚਾਰ ਕਰਕੇ ਜਿਹੜਾ ਹਨ ਇਹ ਸਿਫਤੀ ਨੂੰ ਜਿਹੜਾ ਹਨ ਕਰਕੇ ਗੁਰਸਿੱਖਾਂ ਨੂੰ ਗੁਰੂ ਨਾਲ ਜੋੜ ਕੇ ਗੁਰੂ ਦਾ ਰੂਪ ਹੀ ਬਣਾ ਲੈਂਦੇ ਹਨ ਗੁਰਮੁਖ ਸਤ ਗੁਰਵਾਹ ਗੁਰ ਸਬਦ ਸਲਾਹੀਆ ਗੁਰਮੁਖ ਸਤ ਜੋ ਗੁਰਮੁਖ ਜੋ ਗੁਰੂ ਮੁਖੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸਤ ਹਨ ਤੇ ਗੁਰੂ ਵਾਹ ਕਹਿ ਲਿਖਿਆ ਗੁਰਮੁਖ ਜਿਹੜੇ ਹੁੰਦੇ ਨੇ ਗੁਰਸਿੱਖ ਜਿਹੜੇ ਹੁੰਦੇ ਨੇ ਗੁਰੂ ਦਾ ਵਾਹ ਵਾਹ ਕਰਦੇ ਹਨ ਉਹ ਪਰਮੇਸ਼ਰ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਤ ਸਰੂਪ ਹਨ ਉਹ ਜਿਹੜਾ ਹਨ ਗੁਰੂ ਨਾਨਕ ਸਾਹਿਬ ਜੀ ਦਾ ਵਾਹ ਵਾਹ ਕਰਦੇ ਆ ਹੋਇਆਂ ਵਡਿਆਈ ਕਰਦੇ ਆ ਹੋਇਆਂ ਉਹ ਸ਼ਬਦ ਸਲਾਹੀਆ ਉਹ ਸ਼ਬਦ ਦੇ ਨਾਲ ਸਲੋਤਾ ਕਰਦੇ ਹਨ ਗੁਰੂ ਸਾਹਿਬ ਜੀ ਦੀ ਗੁਰੂ ਮਹਾਰਾਜ ਦੇ ਗੁਣ ਗਾਉਂਦੇ ਹਨ ਉਹ ਵੀ ਜਿਹੜੇ ਹਨ ਆਪਣੀ ਮਨਮਤ ਦੇ ਨਾਲ ਨਹੀਂ ਕਰਦੇ ਉਹ ਗੁਰੂ ਦੇ ਸ਼ਬਦ ਨਾਲ ਹੀ ਕਰਦੇ ਹਨ ਗੁਰੂ ਦਾ ਸ਼ਬਦ ਹੀ ਉਚਾਰਨ ਕਰਕੇ ਗੁਰੂ ਦੀ ਸਿਫਤੀ ਕਰਦਿਆਂ ਹੋਇਆਂ ਗੁਰੂ ਵਿੱਚ ਹੀ ਸਮਾ ਜਾਂਦੇ ਹਨ ਗੁਰਮੁਖ ਸਤ ਗੁਰ ਵਾਹ ਗੁਰਮੁਖ ਜਿਹੜੇ ਹਨ ਉਹ ਸਤ ਗੁਰੂ ਨੂੰ ਵਾਹ ਵਾਹ ਕਰਦਿਆਂ ਹੋਇਆਂ ਸ਼ਬਦ ਦੀ ਸਲੋਤਾ ਕਰਦਿਆਂ ਹੋਇਆਂ ਉਹ ਗੁਰੂ ਵਿੱਚ ਸਮਾ ਜਾਂਦੇ ਹਨ ਗੁਰਮੁਖ ਸਿਫਤ ਸਲਾਹਾ ਸੱਚੀ ਪਾਤਸ਼ਾਹੀਆ ਗੁਰਮੁਖ ਜਿਹੜੇ ਹਨ ਉਹਨਾਂ ਨੂੰ ਜਿਹੜਾ ਹਨ ਸਿਫਤ ਸਲਾਹ ਸਿਫਤੀ ਦੀ ਸਲੋਤਾ ਜਿਹੜੀ ਹੈ ਗੁਰਮੁਖ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਉਹਨਾਂ ਦੀ ਸਿਫਤੀ ਉਹਨਾਂ ਦੀ ਸਲੋਤਾ ਕਰਦੇ ਆ ਹੋਇਆ ਵਡਿਆਈ ਕਰਦੇ ਆ ਹੋਇਆ ਗੁਰਮੁਖਾਂ ਨੂੰ ਸੱਚੀ ਪਾਤਸ਼ਾਹੀ ਜੋ ਪਰਮੇਸ਼ਰ ਦਾ ਸਰੂਪ ਹੈ ਉਸ ਰੂਪ ਦੇ ਵਿੱਚ ਉਸ ਰੂਪ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਗੁਰਮੁਖ ਸੱਚ ਸੁਨਾਹੋ ਦਾਦ ਇਲਾਹੀਆ ਗੁਰਮੁਖ ਜਿਹੜੇ ਹਨ ਉਹਨਾਂ ਨੂੰ ਸੱਚ ਦਾ ਹੀ ਸੰਜੋਗ ਹੈ ਉਹਨਾਂ ਨੂੰ ਸੱਚ ਦਾ ਪ੍ਰੋਟੈਕਸ਼ਨ ਹੈ ਉਹ ਸੱਚ ਜਿਹੜਾ ਹਨ ਉਹਨਾਂ ਦਾ ਰਖਵਾਲਾ ਹੈ ਤੇ ਇਸ ਕਰਕੇ ਦਾਦ ਇਲਾਈਆ ਹੈ ਕਹਿੰਦੇ ਆ ਦਾਦ ਪਰਮੇਸ਼ਰ ਦੀ ਇਹ ਬਖਸ਼ਿਸ਼ ਹੈ ਉਹਨਾਂ ਦੇ ਉੱਤੇ ਜੋ ਸਹਿ ਸੁਭਾਅ ਵਿੱਚ ਹੀ ਆ ਜਾਂਦੀ ਹੈ ਤੇ ਉਹਨਾਂ ਦਾ ਕੁਝ ਵੀ ਕੋਈ ਵਿਗੜ ਨਹੀਂ ਸਕਦਾ ਉਹਨਾਂ ਦਾ ਜੀਵਨ ਜਿਹੜਾ ਹੈ ਬਿਲਕੁਲ ਹੀ ਜਿਹੜਾ ਅਡੋਲ ਹੋ ਜਾਂਦਾ ਹੈ ਜਿਵੇਂ ਭਾਈ ਤਰਲੋਕਾ ਜੀ ਹੋਏ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ ਉਹਨਾਂ ਨੇ ਆ ਕੇ ਗੁਰਸਿੱਖੀ ਨੂੰ ਧਾਰਨ ਕੀਤਾ ਤੇ ਉਹ ਜਿਹੜੇ ਹਨ ਮੁਗਲ ਫੌਜ ਦੇ ਵਿੱਚ ਇੱਕ ਫੌਜ ਫੌਜਦਾਰ ਹੋ ਕੇ ਉਹ ਜਿਹੜੇ ਹਨ ਕੰਮ ਕਰਿਆ ਕਰਦੇ ਸਨ ਇੱਕ ਦਿਨ ਉਹਨਾਂ ਦੇ ਹੱਥੋਂ ਇੱਕ ਹਿਰਨੀ ਜਿਹੜੀ ਹੈ ਉਹਦਾ ਸ਼ਿਕਾਰ ਹੋ ਗਿਆ ਤੇ ਉਹ ਹਿਰਨੀ ਜਿਹੜੀ ਹੈ ਉਹਦੇ ਅੰਦਰੋਂ ਇੱਕ ਬੱਚਾ ਸੀ ਉਹ ਵੀ ਬਾਹਰ ਆ ਕੇ ਮਰ ਗਿਆ ਤੇ ਭਾਈ ਤਿਰਲੋਕਾਂ ਨੇ ਉਸ ਵੇਲੇ ਸਲਾਹ ਕੀਤੀ ਕਿ ਮੈਂ ਇਹ ਤਲਵਾਰ ਨਹੀਂ ਕੋਲੇ ਰੱਖਾਂਗਾ ਜੇ ਮੈਂ ਰੱਖੀ ਤਾਂ ਮੇਰੇ ਤੋਂ ਇਹ ਜਾ ਪਾਪ ਫੇਰ ਹੋ ਜਾਏਗਾ ਉਹਨਾਂ ਨੇ ਤਲਵਾਰ ਦੀ ਥਾਂ ਤੇ ਉਹ ਜੋ ਟੱਜ ਦੀ ਤਲਵਾਰ ਹੈ ਜਿਹੜਾ ਸਟੀਲ ਦਾ ਸਰਬਲੋਹ ਦੀ ਉਹਨਾਂ ਨੇ ਬਦ ਬਦਲਾ ਕੇ ਇੱਕ ਲੱਕੜ ਦੀ ਜਿਹੜੀ ਅੰਦਰ ਪਾ ਲਈ ਉੱਤੇ ਮੁਠਾ ਉਹੀ ਰੱਖਿਆ ਤੇ ਇੱਕ ਵਾਰ ਇਹਨਾਂ ਨੂੰ ਜਿਹੜਾ ਹੈ ਉਹ ਮੁਗਲ ਫੌਜਦਾਰ ਬਹੁਤ ਪਸੰਦ ਕਰਦਾ ਸੀ ਦੂਜੇ ਨੇ ਈਰਖਾ ਕਰਕੇ ਇਹ ਨਿੰਦਿਆ ਕਰਕੇ ਜਿਹੜਾ ਹਣ ਉੱਥੇ ਜਾ ਕੇ ਕੰਪਲੇਨ ਕਰ ਦਿੱਤੀ ਕਿ ਭਾਈ ਤੇ ਲੋਕੇ ਦੀ ਜਿਹੜੀ ਜਿਹੜੀ ਤਲਵਾਰ ਹੈ ਇਹ ਲੱਕੜ ਦੀ ਹੈ ਤਾਂ ਉਸ ਵੇਲੇ ਉਹਨੇ ਰੋਲ ਕਾਲ ਜੱਦ ਲਈ ਸਾਰੇ ਇਕੱਠੇ ਕਰ ਲਏ ਕਹਿੰਦੇ ਮੈਂ ਸਾਰਿਆਂ ਦਾ ਤਲਵਾਰਾਂ ਦੇਖਣਿਆ ਉਹਦਾ ਜ ਆ ਫੌਜਦਾਰ ਸੀਗਾ ਜੋ ਸਾਰਿਆਂ ਨੇ ਇੱਕ ਇੱਕ ਕਰਕੇ ਆਪਣੇ ਤਲਵਾਰ ਦਿਖਾਉਣ ਲੱਗੇ ਭਾਈ ਤ੍ਰਲੋਕਾ ਜੀ ਉਸੇ ਵੇਲੇ ਜਿਹੜਾ ਹਨ ਗੁਰੂ ਦੇ ਧਿਆਨ ਵਿੱਚ ਜੁੜ ਗਏ ਤੇ ਕਹਿੰਦੇ ਪਾਤਸ਼ਾਹ ਮੇਰੀ लाज ਰੱਖ ਲਿਓ ਤੇ ਜਦੋਂ ਭਾਈ ਤ੍ਰਲੋਕਾ ਜੀ ਨੇ ਉਹ ਤਲਵਾਰ ਕੱਢੀ ਤਾਂ ਉਹ ਚਮਕਦੀ ਹੋਈ ਇੰਨੀ ਸੋਹਣੀ ਤਲਵਾਰ ਆਈ ਜਿਹਨੂੰ ਦੇਖ ਕੇ ਆ ਕੇ ਫੌਜਦਾਰ ਬੜਾ ਖੁਸ਼ ਹੋਇਆ ਤੇ ਭਾਈ ਤਿਰਲੋਕਾ ਗੁਰੂ ਅਰਜਨ ਦੇਵ ਜੀ ਕੋਲ ਆਕੇ ਮੱਥਾ ਟੇਕਦਾ ਹੈ ਪਾਤਸ਼ਾਹ ਨੂੰ ਕਹਿ ਲਗਾ ਪਾਤਸ਼ਾਹ ਤੁਸੀਂ ਮੇਰੀ ਲਾਜ ਬਚਾਲੀ ਸੋ ਇਸੇ ਤਰ੍ਹਾਂ ਜਿਹੜਾ ਹਾਂ ਦੇਖੋ ਸੱਚ ਸਨਾ ਇਹ ਸੰਜੋਗ ਹੈ ਗੁਰਮੁਖਾਂ ਦੀ ਜੇ ਗੁਰੂ ਆਪ ਉਹਨਾਂ ਨੂੰ ਬਚਾਉਂਦਾ ਹੈ ਗੁਰੂ ਮਹਾਰਾਜ ਜੀ ਕਿਤੇ ਵੀ ਆਪਣੇ ਸਿੱਖ ਦੀ ਅਰਦਾਸ ਤੋਂ ਅਜਾਈ ਨਹੀਂ ਜਾਣ ਦੰਦੇ ਇਹ ਦਾਤ ਇਲਾਈ ਹੈ ਇਹ ਦਾਤ ਹੀ ਪਰਮੇਸ਼ਰ ਵੱਲੋਂ ਹੀ ਹੈ ਗੁਰਮੁਖ ਕਾੜੀ ਰਾਹੋ ਸਾਚ ਨਿਭਾਈਆ ਗੁਰਮੁਖਾਂ ਦਾ ਜਿਹੜਾ ਰਸਤਾ ਹੈ ਉਹ ਸਿੱਧਾ ਰਸਤਾ ਹੈ ਉਹਦੇ ਵਿੱਚ ਵਿੰਗ ਟੇੜ ਜਿਹੜੇ ਕਰਮ ਕਾਂਡਾਂ ਦੀ ਨਹੀਂ ਹੁੰਦੀ ਉਹ ਰਸਤਾ ਸਿੱਧਾ ਹੀ ਹੈ ਜੋ ਗੁਰੂ ਨੇ ਕਿਹਾ ਉਹੀ ਸਿੱਖ ਕਮਾ ਲਵੇ ਤੇ ਉਹਦੇ ਵਿੱਚ ਜਿਹੜਾ ਹਨ ਉਹਦੇ ਵਿੱਚ ਸਿਨਸੀਅਰਲੀ ਫੇਥਫੁਲੀ ਜਿਹੜਾ ਹੈ ਸਿੱਖ ਜੇ ਸਿੱਖੀ ਨੂੰ ਕਮਾਵੇ ਤਾਂ ਉਹ ਗੱਡੀ ਰਾਹ ਹੈ ਸਿੱਧਾ ਹੀ ਰਸਤਾ ਹੈ ਕੋਈ ਉਹਦੇ ਵਿੱਚ ਚਤਰਾਇਆਂ ਨਹੀਂ ਚਲਦੀਆਂ ਉਹਦੇ ਵਿੱਚ ਤਾਂ ਸਿਰ ਨਿਮਰਤਾ ਪਿਆਰ ਹੀ ਚੱਲਦਾ ਹੈ ਕਹਿੰਦੀ ਹੈ ਸੱਚ ਨਿਭਾਈ ਹੈ ਇਸ ਕਰਕੇ ਜਿਹੜੇ ਹਨ ਉਹ ਸੱਚ ਜੋ ਪਰਮੇਸ਼ਰ ਦਾ ਨਾਮ ਹੈ ਉਹ ਤੋੜ ਤੱਕ ਨਿਭ ਜਾਂਦਾ ਹੈ ਗੁਰਸਿੱਖੀ ਤੋੜ ਤੱਕ ਨਹੀਂ ਬਜਾਂਦੀ ਹੈ ਇਸਾਂ ਸੋਸਾਂ ਨਾਲ ਨਿਭ ਜਾਂਦੀ ਹੈ ਜਿਵੇਂ ਮਾਈਆਂ ਜਿਹੜੀਆਂ ਹਨ ਮੀਰ ਮੰਨੂ ਦੀ ਜੇਲ੍ਹ ਵਿੱਚ ਬੈਠਿਆਂ ਜਿਹੜੇ ਹਨ ਆਪਣੇ ਬੱਚਿਆਂ ਦੇ ਟੋਪੇ ਟੁਕੜੇ ਵੀ ਕਰਾ ਲਏ ਜਿਹੜੇ ਹਨ ਉਹ ਜਿਹੜੀਆਂ ਰੰਬੀਆਂ ਦੇ ਨਾਲ ਵੀ ਕੱਟੇ ਗਏ ਬਰਸ਼ਾਂ ਦੇ ਨਾਲ ਪਰੋਈ ਵੀ ਗਏ ਪਰ ਫੇਰ ਵੀ ਉਹ ਮਾਈਆਂ ਨੇ ਜਿਹੜਾ ਹੈ ਇਹੀ ਅਰਦਾਸ ਕਰਦੀਆਂ ਹਨ ਸਤਿਗੁਰੂ ਜੀ ਇਹ ਤੁਹਾਡੀ ਦਿੱਤੀ ਦਾਤ ਹੈ ਤੁਸੀਂ ਆਪਣੇ ਚਰਨਾਂ ਵਿੱਚ ਲੈ ਲਈ ਤੇ ਇਹ ਹੀ ਸ਼ੁਕਰਾਨਾ ਕਰਦੀਆਂ ਹਨ ਕਹਿੰਦੇ ਕਿ ਐਸਾ ਜਿਹੜਾ ਗਾਡੀ ਰਾਉ ਹੈ ਤੇ ਫੇਰ ਉਹ ਮਾਈਆਂ ਦਾ ਜਿਹੜਾ ਸਤ ਹੈ ਉਹ ਗੁਰੂ ਮਹਾਰਾਜ ਜੀ ਆਪ ਹੀ ਬਚਾਉਂਦੇ ਹਨ ਆਪ ਹੀ ਉਹਨਾਂ ਦੇ ਅੰਗ ਸੰਗ ਹੁੰਦੇ ਹਨ ਜਿਵੇਂ ਜਿਹੜਾ ਹਨ ਭਾਈ ਜਿਹੜੇ ਹਨ ਉਸ ਦੇਲੇ ਜਿੰਨੇ ਵੀ ਗੁਰਸਿੱਖ ਸਨ ਉਹਨਾਂ ਨੂੰ ਗੁਰੂ ਮਹਾਰਾਜ ਦੇ ਹੱਥ ਦੇ ਕੇ ਬਚਾਇਆ ਕਰਦੇ ਸਨ ਤੋਂ ਜਿੱਥੇ ਵੀ ਗੁਰਸਿੱਖ ਜਾਂਦਾ ਉਹਦੀ ਸਿੱਖੀ ਨੂੰ ਵੀ ਬਚਾਉਂਦੇ ਗੁਰੂ ਆਪ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣੇ ਸਿੱਖਾਂ ਦੇ ਕਿੰਨਿਆਂ ਨੂੰ ਜਿਹੜਾ ਹਨ ਆਪ ਪ੍ਰਤੱਖ ਹੋ ਕੇ ਜਾ ਕੇ ਜਿਹੜਾ ਹਨ ਉਹਨਾਂ ਦੇ ਸਿੱਖੀ ਨੂੰ ਬਚਾਇਆ ਤੇ ਉਹਨਾਂ ਨੂੰ ਡੋਲਣ ਤੋਂ ਬਚਾਇਆ ਹੈ ਗੁਰਮੁਖ ਮਤ ਅਗਾਹੋ ਨਾ ਗਹਿਨ ਗਾਹੀਐ ਦੇਖੋ ਗੁਰਮੁਖਾਂ ਦੀ ਮਤ ਜਿਹੜੀ ਅਗਾਹ ਹੈ ਉਹ ਜਿਹੜੇ ਹਨ ਮਨ ਦੇ ਤਰੰਗਾਂ ਨਾਲ ਸਮਝ ਨਹੀਂ ਆਉਂਦੀ ਮਨ ਦੇ ਸੰਕਲਪ ਵਿਕਲਾਂ ਨਾਲ ਸਮਝ ਨਹੀਂ ਆਉਂਦੀ ਨਾ ਉਹ ਗੱਲ ਨੂੰ ਕੋਈ ਪਕੜ ਸਕਦਾ ਹੈ ਗੁਰਮੁਖਾਂ ਦਾ ਜਿਹੜੀ ਮਤ ਹੈ ਉਹ ਸਮਝ ਤੋਂ ਪਰੇ ਕਿਉਂਕਿ ਉਹ ਗੁਰੂ ਦੀ ਮਤ ਹੈ ਨਾ ਤਾਂ ਫਿਰ ਨਾ ਗਹਿਨ ਗਾਹੀਐ ਜਿਸ ਉਹਨਾਂ ਨੂੰ ਜਿਹੜਾ ਹਨ ਕੋਈ ਫੜ ਵੀ ਨਹੀਂ ਸਕਦਾ ਉਹਨਾਂ ਨੂੰ ਕੋਈ ਤੋੜ ਵੀ ਨਹੀਂ ਸਕਦਾ ਉਹਨੂੰ ਗਹਿਨ ਗਾਈ ਹੈ ਉਹਨਾਂ ਨੂੰ ਜਿਹੜਾ ਹਨ ਗਹਿਨ ਕਰਕੇ ਪਕੜ ਕਰਕੇ ਉਹਨਾਂ ਨੂੰ ਫੜਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਬੰਦਰਾਂ ਵਿੱਚ ਬੰਦ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਦੀ ਮਤ ਬੜੀ ਅਗਾ ਬੜੀ ਵੱਡੀ ਹੈ ਉਹਨਾਂ ਦੇ ਸਰੀਰ ਨੂੰ ਪਿੰਜਰੇ ਵਿੱਚ ਤੁਸੀਂ ਪਾ ਸਕਦੇ ਹੋ ਪਰ ਉਹਨਾਂ ਦੀ ਮਤ ਨੂੰ ਕਿਤੇ ਨਹੀਂ ਬਦਲ ਸਕਦੇ ਗੁਰੂ ਤੋਂ ਬੇਮੁਖ ਦੇ ਨਹੀਂ ਗੁਰਸਿੱਖ ਹੁੰਦਾ ਭਾਵੇਂ ਉਹਨੂੰ ਕਿੰਨਾ ਵੀ ਕੋਈ ਤਸੀਹੇ ਦੇ ਦੇਵੇ ਕਿੰਨਾ ਵੀ ਉਹਨਾਂ ਨੂੰ ਤੰਗ ਕਰ ਦੇਵੇ ਗੁਰਮੁਖ ਬੇਪਰਵਾਹ ਨਾ ਬੇਪਰਵਾਹੀਆ ਦੇਖੋ ਗੁਰਮੁਖ ਬੇਪਰਵਾਹ ਹੈ ਦੁਨੀਆਂ ਵੱਲੋਂ ਪਰ ਨਾ ਬੇਪਰਵਾਹੀ ਹੈ ਕਹਿੰਦੇ ਆਪਣੇ ਨਿਤਨੇਮ ਤੋਂ ਬੇਪਰਵਾਹੀ ਹੁੰਦਾ ਆਪਣੇ ਨਿਤਰੇ ਨੂੰ ਕਦੇ ਨਹੀਂ ਛੱਡਦਾ ਨਾਮ ਜਪਣ ਨੂੰ ਕਦੇ ਨਹੀਂ ਛੱਡਦਾ ਮਨ ਦੀ ਜਿਹੜੀ ਹੈ ਲਿਵ ਜਿਹੜੀ ਹੈ ਉਹਨੂੰ ਕਦੇ ਨਹੀਂ ਛੱਡਦਾ ਦੁਨੀਆ ਤੋਂ ਬੇਪਰਵਾਹ ਦੁਨੀਆ ਦੀ ਪਰਵਾਹ ਉਹ ਨਹੀਂ ਕਰਦਾ ਆਪਣੇ ਸਰੀਰ ਦੀ ਪਰਵਾਹ ਉਹ ਨਹੀਂ ਕਰਦਾ ਪਰ ਜਿਹੜਾ ਨਾਮ ਜਪਣਾ ਹੈ ਉਹਦੀ ਪਰਵਾਹ ਬਿਲਕੁਲ ਕਰਦਾ ਹੈ ਉਹਨੂੰ ਹਮੇਸ਼ਾ ਜਿਹੜਾ ਕਰਦਾ ਹੈ ਤੇ ਉਹਦੇ ਵਿੱਚੋਂ ਖੁੰਝਦਾ ਨਹੀਂ ਇੱਕ ਇੱਕ ਸੈਕਿੰਡ ਲਈ ਲਈ ਜਾਂ ਇੱਕ ਸਵਾਸ ਵੀ ਜਿਹੜਾ ਖਾਲੀ ਨਹੀਂ ਉਹਨਾਂ ਦਾ ਜਾਂਦਾ ਗੁਰਮੁਖ ਮਤ ਅਗਾਹੋ ਨਾ ਗਹਿਨ ਗਹਈਆ ਗੁਰਮੁਖ ਬੇਪਰਵਾਹ ਨਾ ਬੇਪਰਵਾਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ